ਜ਼ਮੀਨ ਅਲਾਟਮੈਂਟ ਦਾ ਮਸਲਾ ਸੀ, ਹਾਈ ਕੋਰਟ ਨੇ ਕਿਹਾ ਹੈਦਰਾਬਾਦ ਦੇ ਵਿੱਚ ਕਿ ਭਾਵੇਂ ਕੋਈ ਜੱਜ ਹੈ, ਸੁਪਰੀਮ ਕੋਰਟ ਨੇ ਜੀ ਸ਼ਾਇਦ ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ ਨੇ ਕਿਹਾ ਜੀ, ਮੈਨੂੰ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਕਿਹਾ ਸ਼ਾਇਦ, ਕਿਉਂਕਿ ਸੁਪਰੀਮ ਕੋਰਟ ਨੇ ਜੋ 2005 ਵਾਲਾ ਸੀਗਾ ਨਾ ਆਰਡਰ ਉਹ ਰੱਦ ਕੀਤਾ ਜੀ, ਕਰੋ ਗੱਲ ਤੁਸੀਂ। ਹਾਂ ਬਿਲਕੁਲ, ਉਹ ਕਹਿੰਦੇ ਕਿ ਭਾਈ ਕੋਈ ਨੇਤਾ ਹੈ ਭਾਵੇਂ ਤੇ ਕੋਈ ਜੱਜ ਹੈ, ਤੁਹਾਡਾ ਵਾਹ ਨਹੀਂ ਪਿਆ ਨਾ ਕੋਰਟ ਕਚਹਿਰੀਆਂ ਨਾਲ, ਤੇ ਫਿਰ ਪਤਾ ਲੱਗ ਜਾਂਦਾ ਇਹ ਕਿਹੜਾ ਸੀਜੀਐਮ ਕਿਹੜਾ ਹੈ ਜੀ, ਇਹ ਸੈਸ਼ਨ ਜੱਜ ਕਿਹੜਾ ਹੈ ਜੀ, ਹਾਈ ਕੋਰਟ ਕਿਹੜੀ ਹੈ ਜੀ, ਸੁਪਰੀਮ ਕੋਰਟ ਕਿਹੜੀ ਹੈ। ਚਲੋ ਬਾਈ ਵਾਹ ਪਵੇ ਵੀ ਨਾ ਜੀ, ਜਿਨ੍ਹਾਂ ਦੇ ਵਾਹ ਪੈਂਦੇ, ਮੈਂ ਅੱਗੇ ਕਹਿੰਦਾ ਉਹਨਾਂ ਜੇ ਕੋਰਟ ਕਚਹਿਰੀਆਂ ਵਾਲੇ ਚੱਕਰਾਂ ਚ ਪੈ ਜਾਈਏ ਨਾ, ਫਿਰ ਪੈਰ ਜਿਹੜੇ ਆ ਨਾ ਉਹਨਾਂ ਵਿਚਲੇ ਬੂਟ ਲੋਹੇ ਦੇ ਤੇ ਹੱਥ ਸੋਨੇ ਦੇ ਰੱਖਣੇ ਪੈਂਦੇ ਆ, ਆਹ ਹਾਲ ਹੋ ਜਾਂਦਾ ਜੇ ਕੋਰਟ ਕਚਹਿਰੀਆਂ ਨਾਲ ਜੀ। ਖੈਰ, ਉਹ ਅਲਾਟਮੈਂਟ ਵਾਲੀ ਆਪਾਂ ਗੱਲਬਾਤ ਕਰਦੇ ਸੀਗੇ, ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਸਭ ਬਰਾਬਰ ਨੇ, ਇੱਥੇ ਐਂ ਨਹੀਂ ਹੈਗਾ ਕਿ ਕਿਸੇ ਨੂੰ ਵੱਧ ਅਤੇ ਜਾਂ ਕਿਸੇ ਦਾ ਕੋਈ ਡੈਜ਼ਿਗਨੇਸ਼ਨ ਵੇਖ ਕੇ ਇੱਦਾਂ ਕੋਈ ਅਲਾਟਮੈਂਟ ਹੋਣੀ ਹੈ, ਇਹ ਥੋੜ੍ਹਾ ਸਪਸ਼ਟ ਕਰ ਦਿਓ ਗੱਲ ਤੁਸੀਂ ਤੋਰੀ ਲਈ। ਹਾਂਜੀ ਦੇਖੋ, ਉਹਦੇ 'ਚ ਕੀ ਆ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਇਸ ਤਰ੍ਹਾਂ ਤੁਸੀਂ ਮਤਲਬ ਹੋਰ ਤੁਹਾਨੂੰ ਦੱਸਾਂ, ਚੰਡੀਗੜ੍ਹ ਦੇ ਵਿੱਚ ਵੀ ਕੁਛ ਪੱਤਰਕਾਰਾਂ ਨੇ ਇਸੇ ਤਰ੍ਹਾਂ ਹੀ ਪਲਾਟ ਅਤੇ ਕੋਠੀਆਂ ਉਹਨਾਂ ਦਾ ਫਾਇਦਾ ਲਿਆ ਹੋਇਆ ਮਤਲਬ ਕਿ ਸਕੀਮ 'ਚ ਜੀ। ਹੁਣ ਹੁੰਦਾ ਕੀ ਆ ਕਿ ਜਿਵੇਂ ਮੰਨ ਲਓ ਕਿਸੇ ਖਾਸ ਵਰਗ ਵਾਸਤੇ ਇੱਕ ਛੂਟ ਦੇ ਦਿੱਤੀ ਕਿ ਜੀ ਇਹਦੇ 'ਚ ਕੋਈ ਜੱਜ ਹੋਊਗਾ, ਨੇਤਾ ਹੋਊਗਾ, ਪੱਤਰਕਾਰ ਹੋਊਗਾ, ਉਹਨਾਂ ਨੂੰ ਸਸਤੀਆਂ ਦਰਾਂ 'ਤੇ ਸਰਕਾਰੀ ਜ਼ਮੀਨ ਦੇ ਦਿਓ। ਸਭ ਹੁਣ ਸਸਤੀਆਂ ਦਰਾਂ 'ਤੇ 1 ਰੁਪਏ ਗੱਜ ਵੀ ਹੋ ਸਕਦੀ ਆ, ਮੋਹਾਲੀ ਦੀ ਜ਼ਮੀਨ ਕਿਸ ਭਾਅ ਸਭ ਨੂੰ ਪਤਾ ਨਾ। ਬਿਲਕੁਲ, ਇੱਕ ਇੱਥੇ ਬਹੁਤ ਵੱਡਾ ਹਸਪਤਾਲ ਬਣਿਆ ਸਾਹਿਬ, ਕਦੇ ਉਹਦੇ ਕੰਟਰੈਕਟ ਦੇ ਕਾਗਜ਼ ਕਢਾ ਕੇ ਦੇਖ ਲਿਓ, ਸਾਰੇ ਨੇਤਾਵਾਂ ਦਾ ਤਕਰੀਬਨ ਇਲਾਜ ਉੱਥੇ ਹੁੰਦਾ ਹੈ, ਨਾ ਤੁਸੀਂ ਬੋਝ ਲੈਣਾ ਜੀ। ਠੀਕ ਹੈ ਜੀ, ਜਿਹੜੀ ਉਹ ਅਲੋਟਮੈਂਟ ਹੋਈ, ਕੋਈ ਵੀ ਮੋਹਾਲੀ ਨਿਗਮ ਚੋਂ ਕਾਗਜ਼ ਕਢਾ ਲਿਓ, ਸਭ ਕੌਡੀਆਂ ਦੇ ਭਾਅ 'ਤੇ ਉਹ ਡੀਲ ਹੋਈ ਸੀਗੀ। ਤਾਂ ਮਤਲਬ ਉੱਥੇ ਫਿਰ ਜਦੋਂ ਇਹ ਮਾਮਲਾ ਇੱਦਾਂ ਹੋਇਆ ਜੀ, ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਜਾਂ ਤਾਂ ਆਰਟੀਕਲ 14 ਦੀ ਵਰਤੋਂ ਕਰਕੇ ਤੁਸੀਂ ਬਈ ਇਹ ਕੰਮ ਕਰ ਸਕਦੇ ਹੋ, ਅਦਰਵਾਈਜ਼ ਵਿਸ਼ੇਸ਼ ਸ਼੍ਰੇਣੀ 'ਚ ਰੱਖ ਕੇ ਇਸ ਤਰ੍ਹਾਂ ਤੁਸੀਂ ਦੂਜਿਆਂ ਨੂੰ ਲੈਦਾ ਹੀ ਰੱਖ ਦਿੱਤਾ ਕਿ ਬਈ ਜਿਹੜੇ ਆਮ ਸ਼ਹਿਰੀ ਆ ਜੀ ਉਹ ਇਹਨਾਂ ਤੋਂ ਵੱਖਰੇ ਹੋ ਗਏ, ਇਸ ਕਰਕੇ ਉਹ ਰੱਦ ਕੀਤਾ ਕਿ ਨਹੀਂ ਨਹੀਂ ਪੱਤਰਕਾਰ ਹੋਣ ਦਾ ਮਤਲਬ ਜੱਜ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਵੱਖਰੇ ਹੋ ਜੀ, ਐਸਾ ਨਹੀਂ ਹੈ। ਬਿਲਕੁਲ, ਇਹ ਇੱਕ ਕਹਿ ਲਈਏ ਕਿ ਬਹੁਤ ਦਿਲਚਸਪ ਮਾਮਲਾ ਜਿਹੜਾ ਨਾ ਉਹ ਇੱਥੇ ਗਿਆ ਸੀਗਾ ਅਤੇ ਦਿਲਚਸਪ ਹੀ ਫੈਸਲਾ ਹੈ ਇਹਦੇ 'ਤੇ। ਬਿਲਕੁਲ ਬਿਲਕੁਲ ਬਿਲਕੁਲ, ਤੂਰ ਸਾਹਿਬ ਕਹਿ ਰਹੇ ਨੇ ਫੋਰਟਿਸ ਹਸਪਤਾਲ, ਬਿਲਕੁਲ ਜੀ ਹਾਂਜੀ ਬਿਲਕੁਲ, ਪਤਾ ਨਹੀਂ ਜੀ ਕਿਹੜਾ ਹੁਣ ਤੁਸੀਂ ਦੇਖ ਲਓ ਜੀ 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 ਬਿਲਕੁਲ ਬਿਲਕੁਲ। ਅੰਗਦ ਜੀ ਕਹਿ ਰਹੇ ਨੇ ਕਿ ਲੋਕ ਵੀ ਬਿਜਲੀ ਬਿੱਲ ਵੇਲੇ ਕਹਿੰਦੇ ਗਰੀਬ ਹੋ ਜਾਂਦੇ ਆ, ਅਤੇ ਇਹ ਤਾਂ ਹੈ ਜੀ, ਜਿਹੜੀਆਂ ਚੀਜ਼ਾਂ ਫਰੀ ਵਾਲੇ ਪਾਸੇ ਅਸੀਂ ਭੱਜ ਲੈਂਦੇ ਹਾਂ। ਫਰੀ ਵੀ ਮਤਲਬ ਕਿ ਦੇਖੋ ਦੋਏ ਚੀਜ਼ਾਂ ਨੇ ਕਿ ਬਿੱਲ ਹੋਣੇ ਚਾਹੀਦੇ ਆ, ਪਰ ਬਿੱਲ ਐਡੇ ਵੱਡੇ ਨਹੀਂ ਹੋਣੇ ਚਾਹੀਦੇ ਕਿ ਲੋਕਾਂ ਨੂੰ ਘਰਾਂ ਦੀਆਂ ਚੀਜ਼ਾਂ ਗਹਿਣੇ ਪਾ ਕੇ ਹਰੇਕ 2 ਮਹੀਨਿਆਂ ਬਾਅਦ ਬਿੱਲ ਭਰਨਾ ਪਵੇ। ਬਿਲਕੁਲ, ਜਿਹਦੀ ਘਰ ਦੀ ਆਮਦਨ ਔਸਤਨ ਲਾ ਲਓ ਕਿ ਕੋਈ 10-15 ਹਜ਼ਾਰ ਆ ਤੇ ਬਿੱਲ ਵੀ ਉਹਨੂੰ 5-7 ਹਜ਼ਾਰ ਆ ਰਿਹਾ ਹੈ, ਐਸਾ ਨਹੀਂ ਹੈ। ਬਿਜਲੀ ਜਿਹੜੀ ਆ ਫਲੈਟ ਰੇਟ ਮੇਰੇ ਖਿਆਲ ਦੇ ਨਾਲ ਜਿਹੜੇ ਅਤਿ ਪਛੜੇ ਵਰਗ ਨੂੰ ਛੱਡਦਾ ਹੀ ਹੈ, ਜਿਹੜੇ ਬਹੁਤ ਗਰੀਬ ਨੇ, BPL ਕਾਰਡ ਹੋਲਡਰ ਨੇ, ਨਹੀਂ ਉਹਨਾਂ ਨੂੰ ਫਰੀ ਆਫ ਕੋਸਟ, ਕਿਉਂਕਿ ਉਹਨਾਂ ਦੀ ਵਿਚਾਰਿਆਂ ਦੀ ਕੰਜਪਸ਼ਨ ਹੀ 100-200 ਯੂਨਿਟ ਹੈ। ਠੀਕ ਹੈ ਨਾ ਜੀ, ਤਾਂ ਅਸੀਂ ਉਹਨਾਂ 'ਤੇ ਬਜਟ ਜਿਹੜਾ ਨਹੀਂ ਪਾ ਸਕਦੇ ਜੀ, ਪਰ ਜਿਹੜੇ ਮਤਲਬ ਕਿ ਬਿੱਲ ਭਰਨ ਦੀ ਗੁੰਜਾਇਸ਼ ਰੱਖਦੇ, ਜੇ ਉਹਨਾਂ ਨੂੰ 5 ਰੁਪਏ ਪਰ ਯੂਨਿਟ ਲਾ ਦਿੱਤਾ ਜਾਵੇ, ਹੱਸ ਕੇ ਕਿੰਨਾ ਬਿੱਲ ਬਣ ਜਾਵੇ, ਜਿੰਨੀ ਮਰਜ਼ੀ ਬਿਜਲੀ ਬਾਲ ਲਓ, ਹੱਦ 2 ਮਹੀਨਿਆਂ ਦਾ 8 ਜਾਂਦਾ ਸੀ, 7 ਮੈਨੂੰ ਲੱਗਦਾ 7-10 ਹਜ਼ਾਰ ਵਾਲੀ ਰੇਂਜ 'ਚ ਰਹੇਗਾ ਜੀ। ਉਹ ਮਿਡਲ ਕਲਾਸ ਹੈ, ਲੋਅਰ ਮਿਡਲ ਕਲਾਸ ਹੈ, ਅਪਰ ਨੂੰ ਤਾਂ ਪਰਵਾਹ ਹੀ ਗੁਆ ਦੀ ਹੈ। ਠੀਕ ਹੈ ਨਾ, ਤਾਂ ਮਤਲਬ ਉਹਦੀ ਤਾਂ ਗੱਲ ਨਹੀਂ ਛੱਡ ਦਿਓ ਕਿ ਆਮ ਬੰਦਾ ਵੀ 2 ਮਹੀਨਿਆਂ ਬਾਅਦ 7-8 ਹਜ਼ਾਰ 5 ਹਜ਼ਾਰ ਬਿੱਲ ਆਸਾਨੀ ਨਾਲ ਖੁਸ਼ ਹੋ ਕੇ ਦੇ ਸਕਦਾ, ਜੇ ਬਿਜਲੀ ਉਹਨੂੰ 24 ਘੰਟੇ ਦਿਓ ਤੇ ਸਸਤੀਆਂ ਰਾਇਤਾਂ ਜਿਹੜੀਆਂ ਨੇ ਉਹ ਦੇ ਕੇ ਰੇਟ ਦਿਓ। ਬਿਲਕੁਲ ਬਿਲਕੁਲ, ਤਾਂ ਉਹਦੇ ਨਾਲ ਉਹ ਚੋਰੀ ਵੀ ਨਹੀਂ ਕਰੇਗਾ ਸਾਰੀਆਂ ਚੀਜ਼ਾਂ ਰੁਕ ਜਾਣ, ਹੁਣ ਇਹਦੇ ਨਾਲ ਚੋਰੀ ਵੀ ਹੋ ਰਹੀ ਆ ਜੀ ਜੀ ਜੀ, ਤੇ ਤੁਹਾਨੂੰ ਮੈਂ ਦੱਸਿਆ ਵੀ ਆ, ਤੁਹਾਨੂੰ ਤੇ ਅੰਕੜੇ ਦੱਸ ਦਿੱਤੇ ਆ ਕਿ ਬਿਜਲੀ ਮਹਿਕਮੇ ਦਾ ਤਾਂ ਜਲੂਸ ਨਿਕਲਿਆ ਪਿਆ, ਕਹਿੰਦੇ ਤਨਖਾਹਾਂ ਦੇਣੀਆਂ, 1000 ਕਰੋੜ ਦਾ ਕਰਜ਼ਾ ਲੈ ਲਈਏ। ਬਿਲਕੁਲ ਬਿਲਕੁਲ ਬਿਲਕੁਲ।